संगत जी तुहाडा हरेक वीडियो शेयर किया अमनदीप कौर वर्गी भैणा दी जिंदगियां बचाने दे विच सीधा सहयोग पा रहे अपने वीडियो शेयर करने की वैल्यू जरूर समझो है ना। तुहाडा हरेक शेयर जिंदगियां बचा रहा, शेयर करना बिल्कुल ना भुल्यो। भैने जब साडे कोल इत्थे पहुंचे सीगे जिला मोहाली दे विच, उदों दी मानसिक अवस्था ते हुण दी मानसिक अवस्था दे विच क्या फर्क आया? बहुत ज्यादा टेंशन सी मैनूं कि मैनूं मैं लाइफ च पहली गल तक मेरे जख्म नहीं ठीक हो रहे, मैंने लगता से मेरी लाइफ एवं खत्म हो जाए। जख्म नहीं ठीक हो रही, तुहानू होया क्या? अमनदीप कौर वर्गी भैणा लगभग 1 लाख तो उपर सिर्फ पंजाब च पईआं ने, अड्ड अड्ड प्रदेशां च पईआं ही ने। इन्हां तक इह शब्द तुसीं पहुंचाणा, तुसीं भी इदां ही वीडियो देखी सी? मैं भी वीडियो देखी अगे ਅਤੇ ਫਿਰ ਮੈਂ ਆਈ ਇੱਥੇ, ਮੈਨੂੰ ਬਹੁਤ ਸੇਫਟੀ ਮਿਲੀ। ਪਹਿਲਾਂ ਮੈਨੂੰ ਡਰ ਲੱਗ ਰਿਹਾ ਸੀ, ਪਤਾ ਨਹੀਂ ਕਿੱਦਾਂ ਦਾ ਮਾਹੌਲ ਹੋਣਾ, ਕਿਵੇਂ ਰਹਿਣਾ ਹੋਏਗਾ। ਮੇਰੇ ਪਾਪਾ ਵੀ ਨਾਲ ਆਏ, ਪਰ ਉਹ ਚਲੇ ਗਏ, ਕਹਿੰਦੇ ਵੀ ਇੱਥੇ ਕੋਈ ਦਿੱਕਤ ਨਹੀਂ ਹੈਗੀ, ਸੁਰੱਖਿਆ ਤੋਂ ਤੁਸੀਂ ਮੈਂ ਘਰ ਜਾ ਰਹੇ ਹਾਂ। ਅਤੇ ਅਸੀਂ ਹੁਣ ਤਾਂ ਇੱਥੇ 5-6 ਮਹੀਨੇ ਆਪਣਾ ਪੂਰਾ ਟ੍ਰੀਟਮੈਂਟ ਕਰਕੇ ਅੱਜ ਜਾ ਰਹੇ ਹਾਂ, ਟ੍ਰੀਟਮੈਂਟ ਕਰਾ ਕੇ ਜਾ ਰਹੇ ਹਾਂ। ਜਦ ਤੁਸੀਂ ਆਏ ਸੀਗੇ, ਮੈਨੂੰ ਯਾਦ ਤੁਸੀਂ ਗੱਲ ਕਰ ਰਹੇ ਸੀਗੇ ਸਿਰਫ ਮੌਤ ਦੇ ਬਾਰੇ ਸੋਚਦੇ, ਸ਼ਾਇਦ ਮੈਂ ਮਰਨ ਹੀ ਚੱਲੀ ਹਾਂ। ਰਸਤੇ ਹੀ ਨਹੀਂ ਲੱਭ ਰਿਹਾ ਸੀ ਵੀ ਅੱਗੇ ਜ਼ਿੰਦਗੀ 'ਚ ਕਿਵੇਂ ਵਧਣਾ, ਕੋਈ ਸੁਝਾਅ ਹੀ ਨਹੀਂ ਸੀ, ਕੋਈ ਗਾਈਡ ਹੀ ਨਹੀਂ ਕਰ ਰਿਹਾ ਸੀ ਮੈਂ ਹੁਣ ਬਿਸਤਰ ਤੋਂ ਕਿਵੇਂ ਉੱਠ ਸਕਦੀ ਹਾਂ, ਕਿਉਂਕਿ ਮੈਂ ਮੰਜੇ ਤੋਂ ਉੱਠ ਕੇ ਗੇਟ ਤੱਕ ਵੀ ਨਹੀਂ ਜਾਂਦੀ ਸੀ। ਕਿਹਾ ਮੈਂ ਠੀਕ ਕਹਿ ਰਿਹਾ ਕਿ ਜਦ ਤੁਹਾਡੇ 7 ਵੱਜੇ ਸੀ, 6 ਸਾਲ ਘਰ ਦੇ ਵਿੱਚ ਬੰਦ ਰਹੇ, ਤੁਹਾਨੂੰ ਵੀ ਕੋਈ ਜਾਣਕਾਰੀ ਨਹੀਂ ਸੀ ਕਿ ਸਪਾਈਨਲ ਕੋਰਡ ਇੰਜਰੀ 'ਚ ਹੁੰਦਾ ਕਿਆ ਕਿਆ ਹੈ? ਮੈਨੂੰ ਐਵੇਂ ਲੱਗਦਾ ਸੀ ਮੈਂ ਇਕੱਲੀ ਹੀ ਹਾਂ ਸ਼ਾਇਦ ਦੁਨੀਆ 'ਤੇ, ਮੇਰੇ ਵਰਗਾ ਕੋਈ ਹੈ ਨਹੀਂ, ਐਵੇਂ ਲੱਗ ਰਿਹਾ ਸੀ, ਕਿਉਂਕਿ ਪਤਾ ਹੀ ਨਹੀਂ ਸੀ ਵੀ 7 ਇੰਨੀ ਇਹਦੇ ਵਿੱਚ ਇੰਨਾ ਕੁਛ ਹੁੰਦਾ। ਆਪਾਂ ਨੂੰ ਅਵੇਅਰਨੈਸ ਹੀ ਨਹੀਂ ਸੀ ਜਦ ਕਿ ਜਦੋਂ ਬਾਜ਼ਾਰ ਦੇ ਵਿੱਚ ਨਾ ਲੱਖਾਂ ਰੁਪਏ ਦੀ ਵਿਕਦੀਆਂ ਨੇ ਹਨਾ, ਬਟ ਇੱਥੇ ਇਹ ਟੋਟਲ ਫ੍ਰੀ ਆਫ ਕੋਸਟ ਸੰਗਤ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਲੇਕਿਨ ਇਹ ਜਾਣਕਾਰੀਆਂ ਤੁਸੀਂ ਸੋਸ਼ਲ ਮੀਡੀਆ ਥਰੂ ਪਹੁੰਚਾਉਣੀਆਂ ਨੇ। ਇੱਦਾਂ ਦੀ ਭੈਣਾਂ ਘਰਾਂ ਦੇ ਵਿੱਚ ਪਈਆਂ ਪਈਆਂ ਜ਼ਖਮਾਂ ਦੇ ਵਿੱਚ ਗਲ ਰਹੀਆਂ ਨੇ, ਘਿਸੜ ਘਿਸੜ ਕੇ 4 ਦੀਵਾਰਾਂ ਦੇਖਦੇ ਦੇਖਦੇ ਮੌਤ ਵੱਲ ਵੱਧ ਰਹੀਆਂ ਨੇ। ਇਹ ਜ਼ਿੰਦਗੀਆਂ ਬਚਾਉਣ ਦੇ ਵਿੱਚ ਤੁਸੀਂ ਸਹਿਯੋਗ ਪਾਉਣਾ, ਸੋ ਪਲੀਜ਼ ਆਪਣੇ ਵੀਡੀਓ ਸ਼ੇਅਰ ਕਰਦੇ ਰਹੋ, ਇਹ ਬਹੁਤ ਜ਼ਰੂਰੀ ਹੈ। ਭੈਣੇ ਹੁਣ ਚੱਲੇ ਹੋ, ਹੁਣ ਜ਼ਿੰਦਗੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਸ ਨਜ਼ਰੀਏ ਨੇ ਕਿ ਮੈਂ ਲਾਈਫ 'ਚ ਕੁਛ ਕਰਨਾ ਹੈ, ਮੈਂ ਇੰਨੀ ਜੋਗੀ ਹੋ ਗਈ, ਮੈਂ ਕਰ ਸਕਦੀ ਹਾਂ ਲਾਈਫ 'ਚ। ਹੁਣ ਤੁਹਾਨੂੰ ਚੱਲਦਾ ਪਤਾ ਜ਼ਿੰਦਗੀ ਖੜਦੀ ਨਹੀਂ ਹੈਗੀ? ਨਹੀਂ ਮੈਂ ਜ਼ਿੰਦਗੀ ਰੁਕੀ ਨਹੀਂ, ਮੇਰੀ ਆਮ ਨਾਰਮਲ ਜ਼ਿੰਦਗੀ ਵਾਂਗੂ ਮੈਂ ਅੱਗੇ ਵੱਧ ਸਕਦੀ ਹਾਂ, ਮੈਨੂੰ ਪਤਾ। ਹਾਂਜੀ, ਬਹੁਤ ਸਾਰੀ ਭੈਣਾਂ ਤੁਹਾਨੂੰ ਦੇਖ ਰਹੀਆਂ ਹੋਣੀਆਂ ਜੋ ਮਲ ਮੂਤਰ ਦਾ ਤਿਆਗ ਹੈ, ਹੁਣ ਤੁਸੀਂ ਆਪ ਕਰਦੇ ਹੋ ਸਾਰਾ ਕੁਝ? ਹਾਂਜੀ, ਮੈਂ ਖੁਦ ਆਪਣੀ ਸਫਾਈ ਵਗੈਰਾ ਸਾਰਾ ਆਪਣਾ ਖੁਦ ਕਰਦੀ ਹਾਂ, ਸਭ ਕੁਝ ਖੁਦ ਕਰ ਲੈਂਦੇ ਹੋ? ਸਭ ਕੁਝ, ਤੁਹਾਨੂੰ ਕਿਸੇ ਦੀ ਲੋੜ ਨਹੀਂ ਪੈਂਦੀ? ਲੋੜ ਨਹੀਂ ਪੈਂਦੀ ਮੈਨੂੰ। ਜਦ ਇੱਥੇ ਆਏ ਸੀਗੇ? ਹਾਂਜੀ, ਮੇਰੇ ਖੁਦ ਜਦੋਂ ਆਏ ਸੀ ਉਸ ਤੋਂ ਮੇਰੇ ਘਰ ਮੰਮੀ ਹੀ ਕਰਵਾ ਕਰਦੇ ਸੀ, ਮੰਮੀ ਡੈਡੀ ਸਾਰਾ ਕੁਝ ਕਰਦੇ ਸੀ 6 ਸਾਲ ਤੋਂ, ਹਰ ਵਕਤ ਨਾਲ ਹੀ ਰਹਿੰਦੇ ਸੀ 24 ਘੰਟੇ, 1 ਮਿੰਟ ਵੀ ਦੂਰ ਨਹੀਂ ਹੁੰਦੇ ਸੀ। ਹੁਣ ਤੁਹਾਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਇਕੱਲੇ ਵੀ ਕਰ ਸਕਦੇ? ਮੈਂ ਇਕੱਲੇ ਜਾ ਵੀ ਸਕਦੀ ਹਾਂ, ਮੈਂ ਬਾਹਰ ਜਾਣਾ ਕਿਤੇ ਖੁਦ ਇਕੱਲੀ ਜਾ ਸਕਦੀ, ਮੈਨੂੰ ਇੰਨੀ ਕੁ ਅੱਛਾ ਇੰਨਾ ਕੁ ਮੈਨੂੰ ਮੇਰੇ ਤੇ ਮੈਨੂੰ ਕੌਨਫੀਡੈਂਸ ਆ ਗਿਆ, ਕੌਨਫੀਡੈਂਸ ਹੈ, ਮੈਂ ਕੁਝ ਕਰਨਾ ਲਾਈਫ 'ਚ ਅੱਗੇ ਵੱਧ ਸਕਦੀ ਹਾਂ। ਇੱਥੇ ਬਾਕੀਆਂ ਪੇਸ਼ੈਂਟ ਨੂੰ ਦੇਖ ਕੇ ਸਮਝ ਆਇਆ ਕਿ? ਹਾਂਜੀ, ਬਾਕੀ ਪੇਸ਼ੈਂਟ ਨੂੰ ਦੇਖ ਕੇ ਮੈਨੂੰ ਹੋਰ ਮੇਰੇ 'ਚ ਇੰਨਾ ਹੌਸਲਾ ਵਧਿਆ ਕਿ ਹਾਂ ਕਿ ਬਹੁਤ ਸਾਰੇ ਪੁਰਾਣੇ ਪੇਸ਼ੈਂਟ ਇੱਥੇ ਮੋਟੀਵੇਟ ਕਰਨ ਵੀ ਆਏ, ਤੁਹਾਨੂੰ ਮਿਲੇ ਕਿ ਕਿਵੇਂ ਜ਼ਿੰਦਗੀਆਂ ਅੱਗੇ ਵਧੀਆਂ ਨੇ? ਅੱਗੇ ਵਧੀਆ, ਹਾਂਜੀ ਹਾਂਜੀ, ਵੀ ਜ਼ਰੂਰ ਸਿੱਖਣ ਨੂੰ ਮਿਲੇ ਬਹੁਤ ਕੁਝ, ਅਵੇਅਰਨੈਸ ਹੋਈ ਮੈਨੂੰ ਇੰਨੀ ਜ਼ਿਆਦਾ ਕਿ ਹਾਂ। ਹੁਣ ਮੌਤ ਬਾਰੇ ਤਾਂ ਨਹੀਂ ਸੋਚਦੇ? ਨਹੀਂ ਜੀ, ਹੁਣ ਤਾਂ ਬਹੁਤ ਜ਼ਿਆਦਾ ਮੈਨੂੰ ਬਹੁਤ ਹੁਣ ਤਾਂ ਇੰਨਾ ਹੌਸਲਾ ਕਿ ਮੈਂ ਕੁਝ ਕਰਾਂਗੀ ਜੀ। ਤੁਹਾਡਾ ਜ਼ਿਲ੍ਹਾ ਕਿਹੜਾ? ਬਰਨਾਲਾ ਜੀ। ਬਰਨਾਲੇ ਜ਼ਿਲ੍ਹੇ ਤੋਂ ਆਏ ਹੋ? 6 ਸਾਲ ਤੋਂ ਘਰ ਦੇ ਵਿੱਚ ਬੰਦ ਸੀ? 6 ਸਾਲ ਤੋਂ ਘਰ ਦੇ ਵਿੱਚ ਹੀ ਸੀ। ਹਾਂਜੀ ਬਿਲਕੁਲ, ਕਿਉਂਕਿ ਅਵੇਅਰਨੈਸ ਹੈ ਨਹੀਂ ਸੀ, ਪਰ ਜਾ ਤਾਂ ਬਹੁਤ ਜਗ੍ਹਾ ਤੇ ਟਰਾਈ ਕਰਿਆ ਪਰ ਕਿਤੇ ਹੱਲ ਨਹੀਂ ਮਿਲ ਰਿਹਾ ਸੀ, ਕਿਉਂ ਅਵੇਅਰਨੈਸ। ਕਿੰਨੇ ਲੱਖ ਰੁਪਏ ਲਗਾ ਚੁੱਕੇ ਹੋ? 25 ਲੱਖ ਰੁਪਏ ਲਗਾ ਚੁੱਕੇ ਹਾਂ। 25 ਲੱਖ ਰੁਪਏ ਲਗਾ ਚੁੱਕੇ ਹੈ, ਇਕੱਲੀ ਇਸ ਭੈਣ ਦੀ ਕਹਾਣੀ ਨਹੀਂ ਹੈ, ਹਜ਼ਾਰਾਂ ਲੱਖਾਂ ਭੈਣਾਂ ਲੱਖਾਂ ਰੁਪਏ ਕਰਜ਼ਿਆਂ ਦੇ ਥੱਲੇ ਨੇ, ਉਹਨਾਂ ਦੇ ਘਰ ਦੇ ਡੰਗਰ ਪਸ਼ੂ ਘਰ ਬਾਰ ਜਿੰਨੇ ਰਿਸੋਰਸਿਸ ਹੈ ਸਭ ਕੁਝ ਵੇਚ ਕੇ ਲਗਾ ਰਹੇ ਨੇ ਜ਼ਖਮਾਂ 'ਤੇ, ਬਿਮਾਰ ਸੱਟ 'ਤੇ, ਲੇਕਿਨ ਸਭ ਪੈਸਾ ਬਰਬਾਦ ਜਾ ਰਿਹਾ ਨਾ। ਇਹ ਪੈਸਾ ਬਚਾਉਣ ਦੇ ਵਿੱਚ ਤੁਸੀਂ ਸਹਿਯੋਗ ਕਰ ਸਕਦੇ ਹੋ, ਕਿਵੇਂ? ਸਿਰਫ ਵੀਡੀਓ ਸ਼ੇਅਰ ਕਰਕੇ ਇਹਨਾਂ ਤੱਕ ਸ਼ਬਦ ਪਹੁੰਚਾਉਣ ਲਈ। ਇਸ ਟਾਈਮ ਜ਼ਿਲ੍ਹਾ ਮੋਹਾਲੀ ਦੇ ਵਿੱਚ SHSG ਕੇਅਰ ਸੈਂਟਰ ਮਦਨਹੇੜੀ ਦੇ ਵਿੱਚ ਖੜ੍ਹੇ ਹਾਂ, ਜਿੱਥੇ ਸਾਰੀ ਸੇਵਾਵਾਂ ਸੰਗਤ ਦੇ ਸਹਿਯੋਗ ਦੇ ਨਾਲ ਨਿਸ਼ੁਲਕ ਚੱਲਦੀਆਂ ਨੇ। ਇੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਪੈਸਾ ਨਹੀਂ ਲਿੱਤਾ ਜਾਂਦਾ। ਤੁਹਾਡਾ ਕਿੰਨਾ ਕੁ ਪੈਸਾ ਲੱਗਿਆ? ਕੁਛ ਵੀ ਨਹੀਂ ਵੀਰ ਜੀ, ਕੁਛ ਵੀ, 1 ਰੁਪਏ ਤੱਕ ਦਾ ਖਰਚਾ। ਜਦ ਆਈ ਸੀ ਤੱਕ ਦਾ ਕੋਈ ਰਹਿਣ ਦਾ ਕੋਈ ਮੈਡੀਸਨ ਦਾ ਕੁਛ ਵੀ ਨਹੀਂ। ਕਿੰਨੇ ਮਹੀਨੇ 'ਚ? 6 ਮਹੀਨੇ ਲਗਾ ਚੁੱਕੇ, ਪਰ ਅਜੇ 6 ਮਹੀਨੇ 'ਚ ਕੋਈ ਪੈਸਾ ਨਹੀਂ ਲੱਗਿਆ। ਸੰਗਤ ਜੀ, ਇਹ ਤੁਹਾਡੀ ਤੁਹਾਡਾ ਸਹਿਯੋਗ ਹੈ ਤਾਂ ਇਹ ਚੱਲ ਪਾਉਂਦਾ। ਸੋ ਵੀਡੀਓ ਸ਼ੇਅਰ ਕਰਦੇ ਰਹੋ, ਆਪਣੇ ਵਰਗੀ ਭੈਣਾਂ ਨੂੰ ਕੁਛ ਬੋਲਣਾ ਚਾਹੁੰਦੇ, ਕਿਉਂਕਿ ਇੱਕ ਔਰਤ ਹੋਣ ਦੇ ਨਾਤੇ ਨਾ ਬਹੁਤ ਸਾਰੇ ਮਨ ਦੇ ਵਿੱਚ ਵਿਚਾਰ ਹੁੰਦੇ ਕਿੱਥੇ ਜਾਵਾਂਗੇ। ਹਾਂਜੀ ਹਾਂਜੀ ਜ਼ਰੂਰ,
ਹਾਂਜੀ ਮੈਂ ਵੀ ਇਹ ਕਹਿ ਰਹੀ ਹਾਂ ਵੀ ਜਿਹੜੀ ਮੇਰੇ ਵਰਗੀਆਂ ਭੈਣਾਂ ਇੱਕ ਰੂਮ ਦੇ ਵਿੱਚ ਬੰਦ ਪਈਆਂ ਨੇ ਉਹ ਵੀ ਬਾਹਰ ਨਿਕਲਣ ਨਾ ਆਪਣਾ ਟ੍ਰੀਟਮੈਂਟ ਸਹੀ ਕਰਾਉਣ ਤੇ ਲਾਈਫ ਦੇ ਵਿੱਚ ਅੱਗੇ ਵਧਣ ਤੇ ਇੰਡੀਪੈਂਡ ਹੋ ਜਾਣ ਉਹ ਵੀ ਨਹੀਂ ਕਹਿੰਦੇ ਵੀ ਇੱਥੇ ਕੋਈ ਬਹੁਤ ਸੁਰੱਖਿਆ ਤਾਂ ਕੋਈ ਡਰਨ ਵਾਲੀ ਗੱਲ ਨਹੀਂ ਇੱਕ ਪਰਿਵਾਰ ਵਾਲਾ ਮਾਹੌਲ ਮਿਲ ਰਿਹਾ ਇੱਥੇ ਬਹੁਤ ਵਧੀਆ ਵੀਰ ਜੀ ਕੈਮਰੇ ਕਰਨ ਤਾਂ ਨਹੀਂ ਬੋਲ ਰਹੇ ਸਾਨੂੰ ਨਹੀਂ ਨਹੀਂ ਜੀ ਨਹੀਂ ਨਹੀਂ ਬਿਲਕੁਲ ਮੈਨੂੰ ਜੋ ਮਿਲਿਆ ਮੈਂ ਉਹੀ ਕਿਹਾ ਉਹੀ ਕਹਿ ਰਹੀ ਉਹੀ ਕਹਿ ਰਹੀ ਹਾਂ ਜੋ ਮੈਨੂੰ ਇੱਥੇ ਦੇਖਣ ਨੂੰ ਮਿਲਿਆ ਸੀ ਬਹੁਤ ਵਧੀਆ ਮਾਹੌਲ ਆ ਸੁਰੱਖਿਆ ਤਾਂ ਕੋਈ ਕਿਸੇ ਵੀ ਗੱਲ ਦੀ ਕੋਈ ਡਰ ਨਹੀਂ ਕੋਈ ਖਰਚਾ ਵੀ ਹੈ ਨਹੀਂ ਕੋਈ ਜ਼ਿਆਦਾ ਨਾ ਪਰਿਵਾਰ ਵਾਲਾ ਮਾਹੌਲ ਹੀ ਮਿਲਿਆ ਮੈਨੂੰ ਬਿਲਕੁਲ ਮੇਰੇ ਪਾਪਾ ਤਾਂ ਘਰ ਚਲੇ ਗਏ ਮੰਮੀ ਹੀ ਰਹਿ ਰਹੇ ਸੀ ਕੋਲੇ ਤੇ ਕੋਈ ਮੈਨੂੰ ਦਿੱਕਤ ਨਹੀਂ ਆਈ ਬਿਲਕੁਲ ਵੀ ਤਾਂ ਮੈਂ ਇਹ ਕਹਿੰਦੇ ਹਾਂ ਸਾਰੇ ਨੂੰ ਜੋ ਵੀ ਭੈਣਾਂ ਨੇ ਮੇਰੇ ਵਰਗੀਆਂ ਨੇ ਅੰਦਰ ਬੈਠੀਆਂ ਨੇ ਉਹ ਜ਼ਰੂਰ ਬਾਹਰ ਆਉਣ ਇੱਥੇ ਆਉਣ ਅੱਡ ਅੱਡ ਪ੍ਰਦੇਸ਼ਾਂ ਦੀਆਂ ਭੈਣਾਂ ਵੀਰ ਮਿਲੇ ਇੱਥੇ ਹਾਂਜੀ ਕਸ਼ਮੀਰ ਵਾਲੀ ਭੈਣ ਆਈ ਸੀ ਨਾ ਅਲੱਗ-ਅਲੱਗ ਸਟੇਟ ਕਿੰਨਾ ਪਿਆਰ ਮਿਲਿਆ ਤੁਹਾਨੂੰ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਬਹੁਤ ਜ਼ਿਆਦਾ ਫੈਮਿਲੀ ਤੋਂ ਵੀ ਜ਼ਿਆਦਾ ਪਰ ਪਿਆਰ ਮਿਲਿਆ ਹੁਣ ਵੀ ਦੇਖੋ ਕਿੰਨਾ ਕਰ ਰਹੇ ਸੀ ਉਹਨਾਂ ਨੇ ਹਾਂਜੀ ਬਹੁਤ ਜ਼ਿਆਦਾ ਸੋ ਸੰਗਤ ਜੀ ਹੱਥ ਜੋੜ ਕੇ ਇਹੀ ਬੇਨਤੀਆਂ ਪਲੀਜ਼ ਵੀਡੀਓ ਜ਼ਰੂਰ ਸ਼ੇਅਰ ਕਰਦੇ ਰਹੋ ਔਰ ਫਤਿਹ ਦੀ ਸਾਜ਼ ਨਾਲ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ